ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਦੀ ਹੁਣ ਨਿਗਰਾਨੀ ਤੀਜੀ ਅੱਖ ਕਰੇਗੀ। ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪੁਲਿਸ ਦੀ ਗੁਜ਼ਾਰਿਸ਼ ਉੱਤੇ ਆਪਣੇ ਸੰਸਦੀ ਕੋਟੇ ਵਿੱਚੋਂ ਕਰੀਬ 13 ਲੱਖ ਰੁਪਏ ਖਰਚ ਕਰਕੇ ਸੁਨਾਮ ਸ਼ਹਿਰ ਦੀਆਂ ਸਾਰੀਆਂ ਮੁੱਖ ਥਾਵਾਂ ਉੱਤੇ ਆਧੁਨਿਕ ਅਤੇ ਹਾਈ ਰੈਜੂਲੇਸ਼ਨ ਵਾਇਰਲੈਸ CCTV ਕੈਮਰੇ ਲਗਵਾਏ ਨੇ। ਇਸ ਦਾ ਮਕਸਦ ਸ਼ਹਿਰ ਵਿੱਚ ਹੋਣ ਵਾਲੇ ਅਪਰਾਧ ਨੂੰ 24 ਘੰਟੇ ਨਿਗਰਾਨੀ ਰੱਖਣ ਵਾਲੇ CCTV ਕੈਮਰਿਆਂ ਦੀ ਮਦਦ ਨਾਲ ਨਕੇਲ ਕਸਣਾ ਹੈ। ਸੰਗਰੂਰ ਪੁਲਿਸ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸ਼ਹਿਰਾਂ ਵਿੱਚ CCTV ਕੈਮਰੇ ਲਗਵਾਉਣ ਲਈ ਆਪਣੇ ਕੋਟੇ ਵਿੱਚੋਂ ਮਦਦ ਦੇਣ ਦੀ ਅਪੀਲ ਕੀਤੀ ਸੀ। ਇਸ ਨੂੰ ਮੰਨਦੇ ਹੋਏ ਭਗਵੰਤ ਮਾਨ ਨੇ ਧੂਰੀ ਅਤੇ ਸੁਨਾਮ ਵਿੱਚ ਕੈਮਰੇ ਲਵਾਉਣ ਲਈ ਆਪਣੇ ਕੋਟੇ ਵਿੱਚੋਂ 24 ਲੱਖ ਰੁਪਏ ਦਿੱਤੇ। ਸੁਨਾਮ ਵਿੱਚ ਸੰਸਦੀ ਕੋਟੇ ਵਿੱਚੋਂ ਲਾਏ ਗਏ CCTV ਕੈਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੁੱਜੇ ਭਗਵੰਤ ਮਾਨ ਨੇ ਕਿਹਾ ਕਿ CCTV ਹਮੇਸ਼ਾ ਹੀ ਅਪਰਾਧ ਨੂੰ ਕਾਬੂ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਹ 24 ਘੰਟੇ ਬਿਨਾਂ ਰੁਕੇ ਲੋਕਾਂ ਦੀ ਹਿਫਾਜ਼ਤ ਕਰਨ ਵਿੱਚ ਮਦਦ ਕਰਦਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਨੇ ਸੰਗਰੂਰ ਪੁਲਿਸ ਦੀ ਗੁਜ਼ਾਰਿਸ਼ ਉੱਤੇ ਲੋਕਾਂ ਦੀ ਸੁਰੱਖਿਆ ਖਾਤਰ CCTV ਲਗਵਾਏ। ਉਹਨਾਂ ਨੂੰ ਭਰੋਸਾ ਦਿੱਤਾ ਕਿ ਇਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਕੁਝ ਸ਼ਹਿਰਾਂ ਅਤੇ ਬਰਨਾਲਾ ਜ਼ਿਲ੍ਹੇ ਵਿੱਚ CCTV ਕੈਮਰੇ ਲਾਏ ਜਾਣਗੇ। SSP ਸਾਹਿਬ ਨੇ ਜਦੋਂ ਮੇਰੇ ਨਾਲ ਗੱਲ ਕੀਤੀ, ਮੈਂ ਵੀ ਖੁਦ ਇਸ ਗੱਲ ਲਈ ਬੜਾ ਉਤਸੁਕ ਸੀਗਾ ਕਿ MP ਲੈਟ ਦੇ ਵਿੱਚੋਂ ਕੁਛ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਸੇਫਟੀ ਮਿਲੇ। ਅੱਜ ਦੀ ਡੇਟ ਦੇ ਵਿੱਚ ਜਿਹੜੇ ਕ੍ਰਾਈਮ ਨੇ, ਉਹ ਜਿਹੜੇ ਕ੍ਰਿਮੀਨਲਸ ਨੇ, ਉਹ ਬਹੁਤ ਹੀ ਜ਼ਿਆਦਾ ਨਵੇਂ ਤਰੀਕਿਆਂ ਦੇ ਕ੍ਰਾਈਮ ਕਰ ਰਹੇ ਨੇ, ਤਾਂ ਫਿਰ ਉਹਨਾਂ ਨੂੰ ਰੋਕਣ ਲਈ, ਉਹਨਾਂ ਨੂੰ ਕਾਊਂਟਰ ਕਰਨ ਲਈ ਪੁਲਿਸ ਕੋਲ ਵੀ ਨਵੇਂ ਜਿਹੜੇ ਇਕਿਊਪਮੈਂਟ ਚਾਹੀਦੇ ਨੇ। ਤੋ ਉਸ ਉਪਕਰਨ ਦੇ ਵਿੱਚ ਬਹੁਤ ਹੀ ਲੇਟੈਸਟ 5 MP ਅਤੇ 12 mm ਦੇ ਜਿਹੜੇ ਲੈਂਸ ਨੇ, ਉਹਨਾਂ ਨਾਲ ਲੈਸ ਕੀਤਾ ਗਿਆ ਸੁਨਾਮ ਨੂੰ। ਲਗਭਗ 50 ਦੇ ਕਰੀਬ ਹਰ ਐਗਜ਼ਿਟ ਪੁਆਇੰਟ 'ਤੇ ਜਿਹੜੇ ਨੇ ਤੁਹਾਡੇ ਸਾਹਮਣੇ ਅੱਜ ਦਿਖਾਏ ਗਏ ਨੇ, ਔਰ ਇੰਨੀ ਕਲੈਰਿਟੀ ਹੈ ਕਿ ਤੁਸੀਂ ਮਤਲਬ ਸਕੂਟਰ ਦਾ ਜਾਂ ਛੋਟੇ ਤੋਂ ਛੋਟਾ ਕੋਈ ਲਿਖੀ ਹੋਈ ਚੀਜ਼ ਵੀ ਤੁਸੀਂ ਜ਼ੂਮ ਕਰਕੇ ਪੜ੍ਹ ਸਕਦੇ ਹੋ। ਅਤੇ ਮੈਨੂੰ ਖੁਸ਼ੀ ਹੈ ਕਿ ਸੁਨਾਮ ਸ਼ਹਿਰ ਜਿਹੜਾ ਮੇਰਾ ਜਨਮ ਭੂਮੀ ਹੈ, ਔਰ ਮੈਨੂੰ ਮੈਂ ਇੱਥੋਂ ਪੜ੍ਹਿਆ ਹੋਇਆ, ਅਤੇ ਮੈਂ ਅਸੀਂ ਕਿਹਾ ਜੀ ਇਹ ਕਹਿੰਦੇ SSP ਸਾਹਿਬ ਕਹਿੰਦੇ ਕਿੱਥੋਂ ਸ਼ੁਰੂ ਕਰਨਾ, ਮੈਂ ਕਿਹਾ ਵੀ ਸੁਨਾਮ ਤੋਂ ਸ਼ੁਰੂ ਕਰ ਲੈਂਦੇ ਹਾਂ। ਸੁਨਾਮ ਅਤੇ ਧੂਰੀ ਅਸੀਂ ਪਹਿਲਾਂ ਬਤੌਰ ਪ੍ਰੋਜੈਕਟ ਨੂੰ ਸੈਂਪਲ ਦੇ ਤੌਰ 'ਤੇ ਲਿਆ, ਅਤੇ ਧੂਰੀ ਵੀ ਚਾਲੂ ਹੋ ਗਏ ਨੇ। ਅਤੇ ਇਸ ਤੋਂ ਬਾਅਦ ਮੇਰਾ ਅਗਲਾ ਇਰਾਦਾ ਹੈ ਕਿ MP ਲੈਟ ਦੇ ਵਿੱਚੋਂ ਅਸੀਂ ਭਵਾਨੀਗੜ੍ਹ, ਖਨੌਰੀ ਅਤੇ ਸ਼ੇਰਪੁਰ, ਇਹਨਾਂ 3 ਸ਼ਹਿਰਾਂ ਨੂੰ ਅਸੀਂ ਕਵਰ ਕਰਾਂਗੇ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਸ਼ਹਿਰ ਨੇ ਹੋਰ ਕੰਮਾਂ। SSP ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੰਸਦੀ ਕੋਟੇ ਵਿੱਚ ਮਿਲੇ ਪੈਸੇ ਨਾਲ ਧੂਰੀ ਅਤੇ ਸੁਨਾਮ ਵਿੱਚ CCTV ਕੈਮਰੇ ਚਾਲੂ ਕਰ ਦਿੱਤੇ ਗਏ ਨੇ। ਇਕੱਲੇ ਸੁਨਾਮ ਵਿੱਚ 17 ਥਾਵਾਂ ਉੱਤੇ ਵਾਇਰਲੈਸ 50 ਕੈਮਰੇ ਲਾਏ ਗਏ ਨੇ। ਦੇਖੋ, ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਇੱਕ ਇਸ ਗੱਲ ਦਾ ਸਾਰੇ ਸਿਟੀਜ਼ ਨੂੰ, ਨਾਗਰਿਕਾਂ ਨੂੰ ਸੁਰੱਖਿਆ ਦੇਣਾ ਅਤੇ ਸੁਰੱਖਿਅਤ ਰੱਖਣ ਦਾ ਪ੍ਰੋਗਰਾਮ ਚੱਲਦਾ, ਉਸ ਕੜੀ ਦੇ ਵਿੱਚ ਅਸੀਂ ਇਹ ਜਿਹੜੇ ਸੰਗਰੂਰ ਦੇ MP ਹੈ ਭਗਵੰਤ ਮਾਨ, ਉਹਨਾਂ ਨਾਲ ਵੀ ਗੱਲ ਕੀਤੀ, ਕਿਉਂਕਿ ਇਹ ਇਸ ਏਰੀਏ ਦੇ MP ਹੈ ਵੀ ਇਹ ਜਿਹੜੇ ਆਪਣੇ ਸੰਗਰੂਰ ਏਰੀਏ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ, CCTV ਉਹਦੀ ਬੈਸਟ ਆਪਸ਼ਨ ਹੈ। ਅਤੇ ਜਦੋਂ ਇਹਨਾਂ ਨੂੰ ਅਸੀਂ ਇਹ ਦੱਸਿਆ ਵੀ ਇਸ ਢੰਗ ਦੇ ਅਸੀਂ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ, ਅਤੇ ਇਹਨਾਂ ਨੇ ਭਗਵੰਤ ਸਿੰਘ ਮਾਨ ਹੋਣਾ ਨੇ MP ਲੈਟ ਦੇ ਵਿੱਚੋਂ 13 ਲੱਖ ਰੁਪਇਆ ਸੁਨਾਮ ਅਤੇ 11 ਲੱਖ ਰੁਪਇਆ ਧੂਰੀ ਲਈ ਦਿੱਤਾ, ਟੋਟਲ 24 ਲੱਖ ਦਿੱਤਾ। ਇਹ ਅਸੀਂ ਵਾਇਰਲੈਸ ਨਾਲ ਕੈਮਰੇ ਜਿਹੜੇ ਲਾਏ ਹੈ, ਇੱਥੋਂ ਜਿਹੜੇ ਸਾਰੇ ਕੈਮਰਿਆਂ ਦਾ ਕੋਈ ਤਾਰ ਕੋਈ ਸ਼ਰਾਰਤੀ ਉਹ ਕੱਟ ਨਾ ਦੇਵੇ। ਇੱਥੇ ਕਰੀਬ 17 ਲੋਕੇਸ਼ਨਾਂ 'ਤੇ 50 ਕੈਮਰੇ ਹੈ ਜਿਹਨੂੰ ਅਸੀਂ ਕਵਰ ਕਰਨ ਦਾ ਉਹ ਹੋਇਆ, ਪਰ ਇਹਦੇ ਵਿੱਚ ਨਾਲ ਨਾਲ ਇਹਦੀ ਆਫਟਰ ਕੇਅਰ ਦਾ ਅਸੀਂ 2 ਸਾਲ ਦਾ ਕੰਟਰੈਕਟ ਕੀਤਾ AMC ਜਿਹੜਾ ਕਿ ਇਹਨੂੰ ਕੰਟਰੋਲ ਕਰੂਗਾ। ਇਹਦਾ ਫਾਇਦਾ ਇਹ ਇਸ ਗੱਲ ਦਾ, ਹਜੇ ਜਦੋਂ ਟ੍ਰਾਇਲ ਪੀਰੀਅਡ ਚੱਲ ਰਿਹਾ ਸੀ, 2-3 ਕ੍ਰਾਈਮ ਇਹਦੇ ਸੁਨਾਮ ਦੇ ਵਿੱਚ ਇਹਨਾਂ ਨੇ ਇਸ ਕਰਦੇ ਟਰੇਸ ਕਰ ਲਏ ਹੈ, ਜਿਹੜੇ ਕਿ ਉਹਦੀ ਸਾਡਾ ਪਰਪਜ਼ ਇਹ ਆ ਵੀ ਫੇਸ ਰੈਕੋਗਨਾਈਜ਼ ਹੋਵੇ ਅਤੇ ਗੱਡੀ ਦਾ ਨੰਬਰ ਹੋਵੇ। ਇਹਦੇ 'ਚ ਮੇਰੀ ਸਾਰਿਆਂ ਨੂੰ ਇਹ ਸੁਜੈਸ਼ਨ ਹੈ, ਜਿਵੇਂ ਕਿ ਅਸੀਂ ਮੈਂ ਤਾਂ ਜਿਹੜੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕੋਈ ਇੰਡਸਟਰੀਲਿਸਟ ਜਾਂ ਕੋਈ ਇੰਡੀਵਿਜੁਅਲ ਜਿਹੜਾ ਅਫੋਰਡ ਕਰਦਾ, ਅਸੀਂ ਹਮੇਸ਼ਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਕੈਮਰੇ ਲਾਓ। CCTV ਉਹ ਸੰਤਰੀ ਹੈ ਜਿਹੜਾ ਨਾ ਬਾਰਿਸ਼ 'ਚ ਵਿੱਚ ਅੰਦਰ ਹੁੰਦਾ, ਨਾ ਧੁੱਪੇ ਅੰਦਰ ਜਾਂਦਾ, ਨਾ ਉਹ ਸੌਂਦਾ, 24 ਘੰਟੇ ਕਵਰੇਜ ਹੁੰਦੀ ਹੈ। ਸਾਡਾ ਪਰਪਜ਼ ਸੰਗਰੂਰ ਨੂੰ ਇੱਕ ਕ੍ਰਾਈਮ ਫਰੀ ਏਰੀਆ ਬਣਾਉਣਾ। ਕੀ ਦੇਖ ਰਹੇ ਹੋ? ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।